ਆ ਜਿਹੜਾ ਅੱਜ ਦਾ ਇਸ਼ੂ ਸੀਗਾ ਉਹ ਪੰਚਾਇਤੀ ਚੋਣਾਂ ਹੈ। ਜਿਸ ਪ੍ਰਕਾਰ ਦੇ ਹਾਲਾਤ ਸਰਕਾਰ ਨੇ ਬਣਾ ਰਹੀ ਹੈ, ਹਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ, ਬਹੁਤ ਸਾਰੀਆਂ ਬਲਾਕਸ ਦੇ ਵਿੱਚ ਹਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ। ਹਾਲਾਂਕਿ ਜਿਹੜੀ ਰਿਜ਼ਰਵੇਸ਼ਨ ਦੇ ਵਿੱਚ ਬਹੁਤ ਵੱਡੀ ਧਾਂਦਲੀ ਹੋਈ ਹੈ, ਧੱਕਾ ਹੋਇਆ, ਬਲਾਕ ਲੈਵਲ ਤੇ ਇਹਨਾਂ ਨੇ ਰਿਜ਼ਰਵੇਸ਼ਨ ਕਰਤੀ ਹੈ ਔਰ ਜਿਹੜੇ ਲੋਕ, ਜਿਹੜੇ ਪਿੰਡ 15-15 ਸਾਲਾਂ ਤੋਂ ਰਿਜ਼ਰਵ ਸਨ, ਉਹ ਅੱਜ ਵੀ ਰਿਜ਼ਰਵ ਕੈਟਾਗਰੀ ਚ ਫਿਰ ਦੁਬਾਰਾ ਪਾ ਦਿੱਤੇ ਗਏ ਨੇ। ਉਹਦਾ ਕਾਰਨ ਇਹ ਹੈ ਕਿ ਜਿੱਥੇ ਇਹਨਾਂ ਦਾ ਸਰਪੰਚ ਜਿੱਤ ਨਹੀਂ ਸਕਦਾ ਜਾਂ ਜਿੱਥੇ ਇਹਨਾਂ ਕੋਲ ਬੰਦਾ ਨਹੀਂ ਸੀ, ਚਾਹੇ ਉਹ 5000 ਦੀ ਆਬਾਦੀ ਦਾ ਪਿੰਡ ਸੀ, ਚਾਹੇ ਉਹ 10000 ਦੀ ਆਬਾਦੀ ਦਾ ਪਿੰਡ ਸੀ, ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ। ਜਿੱਥੇ ਇਹਨਾਂ ਕੋਲ ਬੰਦਾ ਨਹੀਂ ਸੀ ਉੱਥੇ ਜਨਰਲ ਲੇਡੀ ਕਰ ਦਿੱਤੀ ਗਈ, ਚਾਹੇ 15 ਸਾਲ ਤੋਂ ਜਨਰਲ ਲੇਡੀ ਸੀਗੀ ਆਲਰੇਡੀ ਉੱਥੇ। ਸੋ ਮੇਰੇ ਕਹਿਣ ਦਾ ਮਤਲਬ ਰਿਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਹੈ, ਬੜਾ ਵੱਡਾ ਧੱਕਾ ਕੀਤਾ। ਡੇਟ ਅਨਾਊਂਸ ਹੋ ਗਈਆਂ, ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੈ, ਕਿਹੜਾ ਓਪਨ ਹੈ। ਲੋਕਾਂ ਨੇ ਆਪਦੇ ਲੈਵਲ ਨਾਲ ਲੈ ਗਿਆ। ਦੂਸਰਾ, ਐਨਓਸੀਜ਼ ਨਹੀਂ ਦਿੱਤੀਆਂ ਜਾ ਰਹੀਆਂ। ਕਿਹਾ ਜਾ ਰਿਹਾ ਕਿ ਇਹਨਾਂ ਨੂੰ ਐਨਓਸੀਜ਼ ਨਹੀਂ ਦਿਓ ਤੇ ਜਦ ਐਨਓਸੀ ਨਹੀਂ ਮਿਲੇਗੀ ਤਾਂ ਅਸੀਂ ਇਹਨਾਂ ਦੇ ਕਾਗਜ਼ ਰੱਦ ਕਰ ਦਿਆਂਗੇ। ਅੱਜ ਅਸੀਂ ਪ੍ਰਤਾਪ ਸਿੰਘ ਬਾਜਵਾ, ਸਾਡੇ CLP ਲੀਡਰ ਵੀ ਮਿਲ ਰਹੇ ਨੇ ਇਲੈਕਸ਼ਨ ਕਮਿਸ਼ਨ ਨੂੰ, ਸਟੇਟ ਨੂੰ। ਪਰ ਤੁਸੀਂ ਜਾਣਦੇ ਹੋ ਸਟੇਟ ਇਲੈਕਸ਼ਨ ਕਮਿਸ਼ਨ ਵੀ ਆਫਿਸਰ ਸਰਕਾਰਾਂ ਜਿਹੜੀਆਂ ਸਰਕਾਰਾਂ ਦੇ ਨਾਲ ਕਾਫੀ ਅਸਰ ਰਸੂਖ ਰੱਖਦੇ ਹੈ। ਮੇਰੀ ਅੱਜ ਇਹਨਾਂ ਨੂੰ ਕਿਹਾ, ਫਿਰ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਐਫੀਡੈਵਿਟ ਦੇ ਦਿਓ। ਐਫੀਡੈਵਿਟ ਤੇ ਵੀ ਸਾਨੂੰ ਖਸਤਾ ਹੈ, ਇਹਨਾਂ ਨੇ ਨਾਲ ਕੁਐਸਚਨ ਮਾਰਕ ਲਗਾਇਆ ਕਿ ਜਿਹੜਾ ਵਿਅਕਤੀ ਐਫੀਡੈਵਿਟ ਦੇ ਦੇਗਾ, ਅਗਰ ਕੋਈ ਉਹਦੇ ਤੇ ਦੇਣਦਾਰੀ ਜਾਂ ਉਹਦਾ ਕੇਸ ਜਾਂ ਕੋਈ ਇੱਧਰ ਉੱਧਰ ਕੱਢ ਕੇ, ਤੇ ਐਫੀਡੈਵਿਟ ਨੂੰ ਵੀ ਜਿਹੜੇ ਇਹਨਾਂ ਦੇ ਨੁਮਾਇੰਦੇ ਹੋਣਗੇ, ਰਿਟਰਨਿੰਗ ਆਫਿਸਰ ਹੋਏਗਾ, ਉਹ ਨਕਾਰ ਸਕਦਾ। ਜਾਣੀ ਕਿ ਸੌਖਾ ਤਰੀਕਾ ਐਫੀਡੈਵਿਟ ਨੂੰ ਨਕਾਰਨਾ ਵੀ ਇਹਨੇ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ। ਸਾਨੂੰ ਭੰਬਲ ਭੂਸਾ ਪਾਇਆ ਜਾ ਰਿਹਾ, ਐਨਓਸੀ ਨਹੀਂ ਦੇ ਰਹੇ, ਐਨਓਸੀ ਦੀ ਥਾਂ ਤੇ ਐਫੀਡੈਵਿਟ ਦੀ ਗੱਲ ਕਰ ਰਹੇ ਹਾਂ। ਹਾਲਾਂਕਿ ਅਸੀਂ ਐਨਓਸੀ ਚਾਹੁੰਦੇ ਹਾਂ ਤਾਂ ਜੋ ਐਨਓਸੀ ਮਿਲੇਗੀ ਤਾਂ ਸਾਡੀ ਕੋਈ ਦੇਣਦਾਰੀ ਸਬੂਤ ਨਹੀਂ ਕਰ ਸਕਦਾ। ਸੋ ਇੱਕ ਤਾਂ ਇਹਨਾਂ ਨੂੰ ਕਿਹਾ ਵੀ ਸਾਨੂੰ ਐਨਓਸੀ ਦਿਓ, ਐਫੀਡੈਵਿਟ ਦੀ ਨਾ ਗੱਲ ਕਰੋ। ਦੂਸਰਾ, ਐਫੀਡੈਵਿਟ ਦਾ ਜਿਹੜਾ ਖਸਤਾ ਸੀ ਉਹ ਦੱਸਦਾ। ਤੀਸਰਾ ਜਿਹੜਾ ਖਸਤਾ ਹੈਗਾ ਕਿ ਅਜੇ ਤੱਕ ਵੋਟਰ ਸੂਚੀਆਂ ਨਹੀਂ ਦਿੱਤੀਆਂ। ਸਾਨੂੰ DC ਸਾਹਿਬ ਨੇ ਕਿਹਾ ਕਿ ਅਸੀਂ ਵੋਟਰ ਸੂਚੀਆਂ ਅੱਜ ਤੁਹਾਨੂੰ ਮੁਹੱਈਆ ਕਰਾ ਦਿਆਂਗੇ। ਜਦੋਂ ਪਤਾ ਹੀ ਨਹੀਂ, ਹੋ ਸਕਦਾ ਜਿਹੜੇ ਬੰਦੇ ਨੇ ਇਲੈਕਸ਼ਨ ਲੜਨਾ ਹੋਵੇ ਉਹਦਾ ਵੋਟਰ ਸੂਚੀ 'ਚ ਨਾ ਹੀ ਕੱਟਿਆ ਪਿਆ ਹੋਵੇ। ਸੋ ਵੋਟਰ ਸੂਚੀਆਂ ਸਾਨੂੰ ਸਮੇਂ ਸਿਰ ਦੇ ਦੇਣੀਆਂ ਚਾਹੀਦੀਆਂ ਸਰਕਾਰ ਨੂੰ। ਇਹ 15 ਦਿਨ ਪਹਿਲਾਂ ਕੰਮ ਕਰਨਾ ਚਾਹੀਦਾ ਸੀ, ਰਿਜ਼ਰਵੇਸ਼ਨ ਦਾ ਤੇ ਵੋਟਰ ਸੂਚੀਆਂ ਦਾ। ਤੀਸਰਾ, ਸਾਨੂੰ ਇਹ ਵੀ ਗੱਲ ਪਤਾ ਲੱਗੀ ਹੈ ਇਹਦੇ 'ਚ ਕਿੰਨਾ ਕੁ ਸੱਚ ਹੈ, ਕਿੰਨਾ ਕੁ ਝੂਠ ਹੈ। ਇਹਦੇ ਬਾਰੇ ਮੈਂ ਅੱਜ ਟਿੱਪਣੀ ਨਹੀਂ ਕਰ ਸਕਦਾ ਕਿ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ, ਕਿਉਂਕਿ ਇਸ ਵਾਰ ਤੁਹਾਨੂੰ ਪਤਾ ਹੈ ਭਗਵੰਤ ਸਿੰਘ ਮਾਨ ਹੋਰਾਂ ਨੇ ਕੈਬਨਿਟ ਦੇ ਵਿੱਚ, ਮੁੱਖ ਮੰਤਰੀ ਨੇ ਕਿਹਾ ਸੀ ਕੋਈ ਸਿੰਬਲ ਤੇ ਚੋਣਾਂ ਨਹੀਂ ਲੜ ਸਕਦਾ। ਕਦੇ ਪੰਚਾਇਤੀ ਚੋਣਾਂ ਕਦੇ ਸਿੰਬਲ ਤੇ ਲੜੀਆਂ ਹੀ ਨਹੀਂ ਇਸ ਤੋਂ ਪਹਿਲਾਂ। ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਲੜਦੇ ਹਾਂ, ਲੇਕਿਨ ਪੰਚਾਇਤ ਦਾ ਮੈਂਬਰ ਤੇ ਸਰਪੰਚ ਕਦੇ ਕਾਂਗਰਸ ਤੇ ਜਾਂ ਤੱਕੜੀ ਦੇ ਜਾਂ ਝਾੜੂ ਦੇ ਸਿੰਬਲ ਤੇ ਅੱਜ ਤੋਂ ਪਹਿਲਾਂ ਨਹੀਂ। ਲੇਕਿਨ ਇਹ ਕੈਬਨਿਟ 'ਚ ਲੈ ਕੇ ਆਏ ਇਹ ਗੱਲ, ਕਿਉਂਕਿ ਇਹਨਾਂ ਦੇ ਮਨ 'ਚ ਖਸਤਾ ਸੀ
ਕਿ ਅਗਰ ਕੋਈ ਨਾ ਕੋਈ ਪ੍ਰੋਵੀਜ਼ਨ ਹੈਗੀ ਹੈ ਜੇ ਕੋਈ ਚੁਣਾਵ ਚਿੰਨ ਲੈਣਾ ਚਾਹੁੰਦਾ ਹੋਵੇ। ਇਹਨਾਂ ਦੇ ਦਿਮਾਗ 'ਚ ਖਸਤਾ ਸੀ ਵੀ ਸਾਡਾ ਚੁਣਾਵ ਚਿੰਨ ਲੈ ਲੈਣ ਸਾਰੇ ਜਾਣੇ ਤੇ ਉਹ ਸਾਰੇ ਜਾਣੇ ਹਾਰ ਜਾਣ, ਇਸ ਤੋਂ ਚੰਗਾ ਕੈਬਨਿਟ ਦੇ ਵਿੱਚ ਇਹ ਫੈਸਲਾ ਕਰੋ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਚੁਣਾਵ ਚਿੰਨ ਲੈ ਨਹੀਂ ਸਕਦਾ, ਤਾਂ ਜੋ ਇਹ ਨਾ ਬਾਅਦ 'ਚ ਪਤਾ ਲੱਗੇ ਕਿ ਆਮ ਆਦਮੀ ਪਾਰਟੀ 90% ਪੰਚਾਇਤੀਆਂ ਚੋਣਾਂ ਹਾਰ ਗਈ ਹੈ। ਇਹ ਭੰਬਲ ਭੂਸਾ ਰਵੇ, ਅਸੀਂ ਕਵਾਂਗੇ ਸਾਰੇ ਸਰਪੰਚ, ਜਦੋਂ ਸਰਪੰਚ ਜਿੱਤ ਜਾਂਦਾ ਹੈ ਉਹਨੂੰ ਵੀਡੀਓ ਦਬਾਅ ਪਾ ਲੈਂਦਾ ਹੈ ਕਿ ਅਸੀਂ ਗਰਾਂਟ ਨਹੀਂ ਦੇਣੀਆਂ ਯਾਰ, ਤੂੰ ਹੁਣ ਚੁੱਪ ਕਰਕੇ ਬੈਠਾ ਰਹਾ ਭਾਵੇਂ ਤੂੰ ਕਾਂਗਰਸ ਹੈ। ਇੱਕ ਪਰਫੋਰਮਾ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਜਿੱਤਣ ਤੋਂ ਬਾਅਦ ਸਾਡੇ ਸਰਪੰਚਾਂ ਨੂੰ ਜਿਹੜੇ ਜਿੱਤਣਗੇ ਜਾਂ ਮੈਂਬਰ ਉਹਨਾਂ ਤੋਂ ਲਿਖਵਾ ਲਿਆ ਜਾਏਗਾ ਕਿ ਭਾਈ ਤੂੰ ਕਿਹੜੀ ਪਾਰਟੀ ਨਾਲ ਤਲੁਕਾਤ ਰੱਖਦਾ ਹੈ, ਤੂੰ ਲਿਖਦੇ ਇੱਥੇ ਵੀ ਆਮ ਆਦਮੀ ਪਾਰਟੀ ਨਾਲ ਮੇਰਾ ਸੰਬੰਧ ਹੈਗਾ, ਤੇ ਤਾਂ ਜੋ ਅਸੀਂ ਇਹ ਕਾਂਕੜਾ ਪੇਸ਼ ਕਰ ਦਿਆਂਗੇ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਕੋਲੇ 80 ਤੋਂ 90% ਜਿਹੜੇ ਸਰਪੰਚ ਹੈ ਉਹ ਸਾਡੇ ਜਿੱਤ ਗਏ ਨੇ। ਇਹਨਾਂ ਤਮਾਮ ਗੱਲਾਂ ਤੇ ਅੱਜ ਅਸੀਂ ਸਾਰੇ ਲੀਡਰ ਸਾਹਿਬਾਨ ਮਿਲਣ ਆਏ ਹਾਂ, ਔਰ ਨਾਲ ਦੀ ਨਾਲ ਅੱਜ ਅਸੀਂ ਹੈਲਪਲਾਈਨ ਨੰਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਾਰੀ ਕੀਤਾ ਹੈ ਕਿ ਕਿਸੇ ਵੀ ਪੰਜਾਬ ਦੇ ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਨਾ ਰੱਖਦਾ ਹੋਵੇ, ਅਗਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪੰਚਾਇਤਾਂ ਨੂੰ ਕਾਗਜ਼ਾਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਤਾਂ ਉਹ ਸਾਡੀ ਹੈਲਪਲਾਈਨ ਨੰਬਰ ਤੇ ਸੰਪਰਕ ਕਰੇ, ਤੇ ਨਾਲ ਦੀ ਨਾਲ ਅਸੀਂ ਆਪਦੇ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਰੂਰਲ ਸਾਡੇ ਏਰੀਆ ਨੂੰ ਰਿਪ੍ਰੈਜ਼ੈਂਟ ਕਰਦੇ ਨੇ ਉਹਨਾਂ ਦੇ ਨਾਂ ਤੇ ਨੰਬਰ ਵੀ, ਜੇ ਉਹਨਾਂ ਨੇ ਲੋਕਲ ਉਸ ਕਿਸੇ ਵਿਅਕਤੀ ਨੂੰ ਸੰਪਰਕ ਕਰਨਾ ਜ਼ਿਲ੍ਹਾ ਪ੍ਰਧਾਨ ਨੂੰ ਤਾਂ ਜ਼ਿਲ੍ਹਾ ਪ੍ਰਧਾਨ ਨੂੰ ਸੰਪਰਕ ਕਰ ਲਏ, ਪਰ ਜੇ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਜਿਹੜਾ ਆਫਿਸ ਦਾ ਜਿਹੜਾ ਹੈਲਪਲਾਈਨ ਨੰਬਰ ਹੈ ਸਾਡੇ 3-4 ਲੋਕਾਂ ਦਾ ਸਾਡੇ ਦਫ਼ਤਰ ਨਾਲ ਸੰਪਰਕ ਕਰੇ। ਸੋ ਇਸ ਦੇ ਬਾਵਜੂਦ ਵੀ ਕਿਤੇ ਧਾਂਦਲੀ ਹੋਏਗੀ ਜਾਂ ਧੱਕਾ ਹੋਏਗਾ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਿਵਲ ਦੇ ਅਧਿਕਾਰੀਆਂ ਵੱਲੋਂ, ਅਸੀਂ ਮੈਂ CLP ਲੀਡਰ ਤੇ ਤਮਾਮ ਅਸੀਂ ਵੱਡੇ ਲੀਡਰ ਜਿੰਨੇ ਵੀ ਸਾਰੇ ਸਾਡੇ ਪੰਜਾਬ ਦੇ ਲੀਡਰ ਹੈ ਉੱਥੇ ਜਾ ਕੇ ਇੱਟ ਨਾਲ ਇੱਟ ਖੜਕਾਵਾਂਗੇ ਤੇ ਆਪਦੇ ਕਿਸੇ ਬੰਦੇ ਨਾਲ ਧੱਕਾ ਨਹੀਂ ਹੋਣ ਦਿਆਂਗੇ।